ਜਿੰਦਾ ਵੱਢ ਕੇ ਟਾਇਰ, ਚਲੋ ਕਰੋ ਵੀਡੀਓ ਚ, ਕੋਈ ਨਹੀਂ ਜਿੰਦਾ ਵੱਢ ਕੇ ਮਰਾਉਣੀ ਸੀ ਇਹ, ਮਰਾਉਣੀ ਸੀ ਬਸ, ਮੈਂ ਰਹਿਣਾ ਸਰ ਇਹਨੂੰ ਹੀ ਮਾਰ ਦੋ, ਇਹ ਯਾਦ ਰੱਖਿਓ ਅੱਜ ਦੀ ਗੱਲ, ਆ ਜ਼ਖਮ ਦਿਖਾ ਦੇ, ਯਾਦ ਰੱਖਿਓ ਅੱਜ ਮੇਰਾ ਦਰ ਘੁੱਟਿਆ, ਆ ਗਲ ਤੇ ਨਿਸ਼ਾਨ, ਤਿੰਨ ਬੰਦਿਆਂ ਨੇ ਢਾ ਕੇ ਮੇਰਾ ਗਲ ਘੁੱਟਿਆ ਪਹਿਲਾਂ, ਮੇਰਾ ਗਲ ਘੁੱਟ ਕੇ ਮੈਂ ਬਚ ਗਿਆ। ਸਰਦਾਰ ਸਤਵਿੰਦਰ ਸਿੰਘ ਬੁੱਗਾ, ਲੜਾਈ ਹੁੰਦੀ ਹੈ, ਦੋ ਬੰਦੇ ਇੰਜਰਡ ਆਉਂਦੇ ਹਸਪਤਾਲ ਦੇ ਵਿੱਚ, ਮੈਂ ਤੁਹਾਡੇ ਮੈਂ ਉਹ ਗੱਲ ਕਰੂੰਗਾ, ਆ ਕੇ ਮੈਨੂੰ ਜਿਹੜਾ ਡਾਕਟਰ ਹੈ ਮੈਨੂੰ ਵੀ ਤਾਂ ਪਤਾ ਵੀ ਪਹਿਲਾਂ ਮੇਰੇ ਨਾਲ ਇਹ ਹੋ ਚੁੱਕਿਆ, ਜਿੰਨਾ ਹੋਇਆ ਹੁੰਦਾ ਤਜਰਬਾ ਹੁੰਦਾ, ਮੈਨੂੰ ਡਾਕਟਰ ਨੂੰ ਮੈਂ ਜਦ ਦੱਸਣ ਲੱਗਿਆ ਵੀ ਮੇਰੀ ਆਹ ਸੱਟ ਲੱਗੀ ਗੱਡੀ ਦੇ, ਇੱਕ ਮੇਰੀ ਆਹ ਮਾਰੀ, ਕਹਿੰਦਾ ਜੇ ਜ਼ਿਆਦਾ ਬੋਲਿਆ ਨਾ ਮੈਂ ਕੋਈ ਵੀ ਨਹੀਂ ਲਿਖਣੀ, ਜੋ ਲਿਖਣਾ ਮੈਨੂੰ ਕੰਮ ਆਉਂਦਾ, ਮੈਂ ਹੱਥ ਬੰਨਤੇ, ਪੁਲਿਸ ਮੌਕੇ ਜਾ ਰਹੀ ਹੈ, ਪੁਲਿਸ ਦੇਖ ਰਹੀ ਹੈ, ਲੜਾਈ ਤੋਂ ਬਾਅਦ ਕੈਮਰੇ ਲੱਗੇ ਵੇ, ਐਸ ਆਈ ਅਵਤਾਰ ਸਿੰਘ ਮੌਕੇ 'ਤੇ ਚਲਾ ਗਿਆ, ਬੁੱਗੇ 'ਤੇ ਕੋਈ ਸੱਟ ਨਹੀਂ, ਝਗੜਾ ਨਹੀਂ, ਕੁਛ ਨਹੀਂ, ਸਾਫ਼ ਸੁਥਰਾ ਰਾਸਤੇ 'ਚ ਟੱਕ। ਦੱਸੋ ਜਦੋਂ ਬੰਦੇ ਨੂੰ ਧੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ, ਬੇਹੋਸ਼ ਹੋ ਗਈ, ਇੰਚਾਰਜ ਸਾਹਿਬ ਦੀ, ਐਸ ਐਚ ਓ ਸਾਹਿਬ ਦੀ, ਓਏ ਭਗਤਣੀ ਨੂੰ ਕਿਉਂ ਮਾਰਿਆ ਤੈ, ਮੈਨੂੰ ਮਾਰ ਦਿੰਦਾ, ਡੰਡੇ ਵੀ ਤਾਂ ਮੇਰੇ ਮਾਰੇ ਅੱਜ ਤੂੰ, ਉਹ ਕੰਜਰਾ ਪਹਿਲਾਂ ਮੈਨੂੰ ਡੰਡੀਆਂ ਤੋੜਨੀਆਂ, ਮੈਨੂੰ ਉਜਾੜ ਕੇ ਰੱਖਦਾ ਬੁੱਗੇ, ਉਹ ਮੇਰੀ ਮੇਰੀ ਜਾਨ ਨੂੰ ਮਾਰਤਾ ਬੁੱਗੇ ਨੇ ਧੱਕਾ ਦਿੱਤਾ, ਉਹ ਬੁੱਗੇ ਦੇ ਕੁੜਮ ਦੇ ਭਾਈ ਨਾਲ ਬਹਿਸ ਦਿੱਤੀ, ਉਹ ਬੁੱਗੇ ਨੇ ਗੁੱਸੇ 'ਚ ਆ ਕੇ ਉਹਨੂੰ ਧੱਕਾ ਦੇ ਦਿੱਤਾ, ਉਹ ਪਿੱਛੇ ਨੂੰ ਗਿਰ ਗਈ, ਗਿਰ ਕੇ ਬੇਹੋਸ਼ ਹੋ ਗਈ, ਅਸੀਂ ਹਸਪਤਾਲ ਆਏ, ਸਾਡੀ ਹਾਲੇ ਤੱਕ ਮਲਾਰ ਨਹੀਂ ਕੱਟਣ ਦਿੱਤੀ ਬੁੱਗੇ ਨੇ, ਲੋਕਲ ਮੇਲੇ ਨੇ ਸਾਡੀ ਮਲਾਰ ਨਹੀਂ ਕੱਟਣ ਦਿੱਤੀ, ਉਹ ਬੁੱਗੇ ਨੂੰ ਬਹੁਤ ਛਾਇਆ ਪੁਲਿਸ ਦੀ, ਬੁੱਗੇ ਨੂੰ ਛਾਇਆ ਮੇਲੇ ਦੀ, ਉਹ ਮੇਰੇ ਗੋਲੀ ਮਾਰ ਦਿੰਦਾ ਵੀਰੇ, ਅੱਜ ਵੀ ਮੇਰੇ ਡੰਡੇ ਮਾਰਿਆ ਉਹਨੇ, ਅੱਜ ਵੀ ਡੰਡੇ ਮਾਰਿਆ ਉਹਨੇ, ਹਾਏ ਮੇਰਿਆ ਰੱਬਾ, ਉਹ ਦੋਸਤੋ ਉਹ ਤੁਸੀਂ ਪ੍ਰੈਸ਼ਰ ਬਣਾਉਂਗੇ, ਉਹ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜਦੋਂ ਮੈਂ ਲਾਰ ਕੱਟੀ ਜਾਊਗੀ, ਜਦੋਂ ਐਫ ਆਈ ਆਰ ਹੋਊਗੀ।